हलका अजनाला दी सियासत अंदर कांग्रेस पार्टी नूं उस वेले वड्डा झटका लगा जदों पिछले दिनी दर्जना कांग्रसी अहुदेदारां वल्लों कांग्रेस दे हलका विधायक दीआं नीतियां तों तंग आ के कांग्रेस पार्टी नूं अस्तीफा दे दित्ता सी, जिस तों बाद अज हलका अजनाला तों श्रोमणी अकाली दल दे उम्मीदवार अमरपाल सिंह बोनी अजनाला दी अगवाई विच श्रोमणी अकाली दल विच शमूलियत करदे होए अकाली दल दा साथ देण दी गल कही। जे न्यूज पंजाबी लई अजनाला तों जगजीत सिंह दी रिपोर्ट। ਕਿਹੜੀ ਜਗ੍ਹਾ ਦੇ ਉੱਤੇ ਪਹੁੰਚਿਆ ਤੇ ਕਿੰਨੀਆਂ ਜਵਾਨੀਆਂ ਕੀਤੀਆਂ? ਅੱਜ ਰਮਦਾਸ ਸੈਣੀ ਪੈਲਸ ਸਾਡੇ ਸਾਬਕਾ ਵਾਈਸ ਚੇਅਰਮੈਨ ਸਾਹਿਬ ਕਾਂਗਰਸ ਦੇ ਸਾਡੇ ਸਾਬਕਾ ਸਰਪੰਚ ਸਾਹਿਬਾਨ ਪੰਚ ਸਾਹਿਬਾਨ ਜਿਹੜੇ ਟਕਸਾਲੀ ਕਾਂਗਰਸੀ ਸੀ ਕਾਂਗਰਸ ਨੂੰ ਛੱਡ ਕੇ ਸ਼੍ਰੋਮਣੀ ਕਮੇਟੀ ਸ਼ਾਮਲ ਹੋਏ ਨੇ, ਜਿਹਦੇ 'ਚ ਬੋਰਡ ਵਾਲੇ ਤੋਂ ਸਾਬਕਾ ਸਰਪੰਚ ਸਾਹਿਬ ਕੁਲਵੰਤ ਸਿੰਘ ਜੀ, ਸਰ ਕਸ਼ਮੀਰ ਸਿੰਘ ਜੀ ਮਾਕਵਾਲ ਤੋਂ, ਸਰ ਸੁਖਚੈਨ ਸਿੰਘ ਜੀ, ਸਰ ਸੂਰਤਾ ਸਿੰਘ ਜੀ, ਨਾਂ ਲਵਾਂ ਦੇ ਇਹ ਦਰਜਨਾਂ ਦੇ ਕਰੀਬ ਇਸ ਜਿਹੜੇ ਮੋਢੀ ਨੇ ਇਹ ਤੁਸੀਂ ਸਮਝ ਲਓ ਇੱਕ ਮੋਢੀ ਪਿੱਛੇ ਇੱਕ ਸੰਸਥਾ ਆ ਪਿੱਛੇ ਕੀ ਲੈ ਕੇ ਮੋਢੀ ਮੁੱਢ ਬੁੱਢੋ ਕਰੀਮ ਹੀ ਅੱਜ ਲੈ ਕੇ ਅਕਾਲੀ ਦਲ ਸ਼ਾਮਲ ਹੋਏ ਨੇ। ਮੈਂ ਇਹਨਾਂ ਨੂੰ ਆਪਣੇ ਪਰਿਵਾਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਲੱਖ ਲੱਖ ਵਧਾਈ ਦਿੰਦਾ ਅਤੇ ਵਿਸ਼ਵਾਸ ਦਿਵਾਉਂਦਾ ਕਿ ਤੁਹਾਡੇ ਹਰ ਦੁੱਖ ਸੁੱਖ 'ਚ ਭਾਈਵਾਲ ਹੋਵਾਂਗੇ। ਸ਼ਾਮਲ ਹੋਣ ਦੇ ਦੌਰ ਜਿਹੜੇ ਲਗਾਤਾਰ ਵੱਧਦੇ ਜਾ ਰਹੇ ਨੇ, ਕਦੀ ਆਮ ਆਦਮੀ ਪਾਰਟੀ 'ਚੋਂ ਸ਼ਾਮਲ ਹੁੰਦੇ ਕਦੀ ਕਾਂਗਰਸ 'ਚ ਪਾਰਟੀ, ਕਾਰਨ ਕੀ ਹੈ? ਮੈਂ ਉੱਥੇ ਮਿਲਿਆ ਨਹੀਂ ਇਹਨਾਂ ਨੂੰ। ਇਹ ਜਿਹੜੇ ਮੇਰੇ ਭਰਾ ਮੇਰੇ ਨਾਲ ਆਏ ਨੇ ਇਹੋ ਤੁਹਾਨੂੰ ਦੱਸ ਦੇਣਗੇ ਕਿ ਕਿਹੜੇ ਕਾਰਨ ਆਏ ਨੇ, ਕੀ ਹੋਇਆ ਇਹ ਸਭ ਇਹ ਮੈਨੂੰ ਤਾਂ ਦੱਸਣ ਦੀ ਲੋੜ ਜਾਂ ਇਹਨਾਂ ਨੂੰ ਪਤਾ ਨਾ ਹੋਵੇ। ਇਹਦੇ ਸਭ ਕੁਝ ਤੁਹਾਨੂੰ ਆਪਣੇ ਮੂੰਹ ਆਪ ਦੱਸਣਗੇ। ਮੁੱਦਿਆਂ ਨੂੰ ਲੈ ਕੇ ਅਸੀਂ ਅਗਾਹ ਪ੍ਰਚਾਰ ਕਰਾਂਗੇ, ਇਹ ਤੇ ਸ਼ਾਮਲ ਹੋ ਗਏ, ਪਰ ਅਗਾਹ ਪ੍ਰਚਾਰ ਕਿਹੜੇ ਮੁੱਦਿਆਂ? ਅਗਾਹ ਜਿਹੜੀ ਲੋਕ ਭਲਾਈ ਦੇ ਜਿਹੜੇ ਮੁੱਦੇ, ਡਿਵੈਲਪਮੈਂਟ ਦਾ ਮੁੱਦਾ, ਨਸ਼ਿਆਂ ਦਾ ਮੁੱਦਾ, ਜਿਹੜੀ ਗੁੰਡਾਗਰਦੀ ਪੁਸਤ ਹੁੰਦੀ ਆ, ਜਿਹੜੀਆਂ ਚੋਰੀਆਂ ਚੋਰ ਮੋਰੀ ਰਹੀ। ਮੈਂ ਤਾਂ ਇੱਥੋਂ ਤੱਕ ਉਦਾਹਰਨ ਦਿੰਦਾ ਕਿ ਅਸੀਂ ਨਾਲੇ ਸਾਡੇ ਸ਼ਹਿਰ 'ਚ ਨਾਲੇ ਥਾਣੇ 'ਚ ਡਾਕੇ ਵੱਜੇ ਕਈ ਘਰਾਂ 'ਚ, ਕੈਮਰੇ 'ਚ ਟਰੇਸ ਹੋ ਗਏ, ਪਬਲਿਕ ਨੇ ਉਹ ਫੜਾ ਤੇ ਥਾਣਿਆਂ 'ਚ, ਅਤੇ ਇਸ MLA ਨੇ ਮੌਜੂਦਾ ਵਿਧਾਇਕ ਨੇ ਇਹਦੇ ਜਿਹੜੇ ਘੜਾਮ ਚੌਧਰੀ ਆ ਲੈਣ ਦੇਣ ਕਰਕੇ ਪੁਲਿਸ ਕੋਈ ਛੁਡਾ ਦਿੰਦੇ ਆ, ਜਿਹੜੇ ਚੋਰਾਂ ਨਾਲ ਵਿੱਚ ਕੁੱਤੀ ਚੋਰੀ ਰਲ ਜਾਣ, ਦੱਸੋ ਤਾਂ ਨਿਆਂ ਕੀ ਮਿਲਣਾ ਹੈ? ਜ਼ਿਆਦਾਤਰ ਦੇਖਿਆ ਜਾਂਦਾ ਕਿ ਅਜਨਾਲੇ ਦੇ ਲਾਗੇ ਲੱਗਦੇ ਬੋਰਡਰ ਦੇ ਉੱਤੇ ਹੀ ਨਸ਼ਾ ਜਿਹੜਾ ਵਾ ਉਹਦੀ ਸਪਲਾਈ ਹੁੰਦੀ ਆ, ਕੀ ਲੱਗਦਾ ਨਹੀਂ ਕਿ ਸਰਕਾਰ ਚਾਹੇ ਤਾਂ ਰੋਕ ਸਕਦੀ ਸੀ ਪਰ ਰੋਕਿਆ ਨਹੀਂ ਗਿਆ? ਸਰਕਾਰ ਤੇ ਅੱਗੇ ਵੀ ਮੈਂ ਤੁਹਾਨੂੰ ਬੇਨਤੀ ਕੀਤੀ ਸੀ ਕਿ ਜਿਹੜਾ ਸਾਰਾ ਨਸ਼ਾ ਤਾਰੋ ਪਾਰ ਆਉਂਦਾ ਸੈਂਟਰ 'ਚ, ਭਾਵੇਂ ਕਾਂਗਰਸ ਹੋਵੇ, ਭਾਵੇਂ BJP ਹੋਵੇ, ਭਾਵੇਂ ਕੋਈ ਵੀ ਸਰਕਾਰੀ ਭਾਈਵਾਲ ਰਹੇ ਹਾਂ, ਅਸੀਂ ਥੱਕ ਥੱਕ ਚਿੱਠੀਆਂ ਹਾਰ ਕੇ, ਮੀਟਿੰਗਾਂ ਕਰ ਕਰ ਪ੍ਰਧਾਨ ਮੰਤਰੀ ਤੱਕ ਹਾਰ ਕੇ ਸਾਡੀ ਹਾਈਕਮਾਂਡ ਕਿ ਸਾਡੇ ਉੱਥੇ ਤਾਰਾਂ ਦੇ ਕੈਮਰੇ ਲੱਗ ਜਾਣ, ਪਤਾ ਲੱਗ ਜਾਏ ਕਿਹੜਾ ਬਾਹਰੋਂ ਮਾਲ ਆਉਂਦਾ, ਕਿੱਥੋਂ ਇਹ ਨਸ਼ੇ ਆਉਂਦੇ ਆ, ਕੌਣ ਕਰਦਾ ਆ। ਪਰ ਉਹ ਪੰਜਾਬ ਤੋਂ, ਪੰਜਾਬੀਆਂ ਤੋਂ, ਇਸ ਕੌਮ ਤੋਂ, ਪੰਜਾਬੀਆਂ ਤੋਂ ਘਬਰਾਏ ਨੇ, ਕਿਉਂਕਿ ਸੂਰਬੀਰਾਂ ਦੀ, ਸ਼ਹੀਦਾਂ ਦੀ ਕੌਮ ਆ, ਇਹ ਪੰਜਾਬੀਆਂ ਦੀ, ਜੁਝਾਰੂਆਂ ਦੀ ਕੌਮ ਆ, ਉਹ ਆਉਣ ਵਾਲੀ ਸਾਡੀ ਪੀੜ੍ਹੀ ਨੂੰ ਖਤਮ ਕਰਨਾ ਚਾਹੁੰਦੇ ਆ। ਪਰ ਕੋਈ ਕਿਸੇ ਦਾ ਬੀ ਨਾਸ਼ ਨਹੀਂ ਕਰ ਸਕਦਾ ਜਦ ਤੱਕ ਸਤਿਗੁਰ ਦੀ ਬਖਸ਼ਿਸ਼ ਉਹਦੀ ਰਹਿਮਤ ਓਟ ਆ, ਤਕੜੇ ਹੋ ਕੇ ਅਸੀਂ ਨਸ਼ਿਆਂ ਦੀ ਖਾਤਮੇ ਲਈ ਵੀ ਆਪਣੀ ਸਰਕਾਰ ਪ੍ਰਬੰਧ ਕਰਾਂਗੇ। ਤੁਹਾਡੇ ਹਲਕੇ ਦੀ ਗੱਲ 'ਚ ਉਹਨਾਂ ਦੇ ਜਿਹੜਾ ਚੰਨੀ ਹੈ ਉਹਦੇ ਭਤੀਜੇ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਰਾਤੀ, ਉਹਦੇ 'ਤੇ ਤੁਹਾਡਾ ਕੀ ਪ੍ਰਤੀਕਿਰਿਆ? ਚੰਨੇ ਖਾਧੀ ਉਹਨੂੰ ਢਿੱਡ ਪੀੜ, ਕਿਹੜਾ ਚੋਰ ਹੈ, ਆਪੇ ਗ੍ਰਿਫਤਾਰ ਹੋਣੇ ਆ, ਆਪੇ ਕੋਟਾਂ ਫੈਸਲਾ ਕਰ ਦੇਣਗੀਆਂ, ਸਾਨੂੰ ਤਾਂ ਤਕੜੇ ਹੋ ਕੇ ਹੱਥ ਜੋੜਨ ਦਿਉ, ਮਿਹਨਤ ਕਰਨ ਦਿਉ, ਇਹ ਚਿੰਨਾਂ ਨੇ 2 ਨੰਬਰ ਦੇ ਲੁੱਟਾਂ ਖੂਹਾਂ ਕੀਤੀਆਂ, ਆਪੇ ਕਾਬੂ ਆਈ ਜਾਣਗੇ। ਹਾਂ, ਕੁਲਵੰਤ ਸਿੰਘ, ਐਕਸ ਸਰਪੰਚ ਬੋਰਡ ਵਾਲਾ, ਕਹਿਣਾ ਚਾਹੁੰਦਾ ਵੀ ਜਿਹੜਾ ਵਿਧਾਇਕ ਕਾਂਗਰਸ ਦਾ ਹਰਪ੍ਰਤਾਪ ਸਿੰਘ ਅਜਨਾਲਾ, ਉਹਦੀਆਂ ਗਤੀਆਂ ਵਿਧੀਆਂ ਜੋ ਉਹਨੇ ਕੀਤਾ, ਜੋ ਉਹਦੀ ਨਾਕਾਮੀ ਰਹੀ ਆ, ਜੋ ਉਹਨੇ ਕੰਮ ਕੀਤੇ ਆ, ਜੋ ਉਹਨੇ ਵਰਕਰ ਮਾਰਨ ਦੀ ਕੋਸ਼ਿਸ਼ ਕੀਤੀ ਆ, ਜਿਹੜੇ ਕਿ ਤੀਵਰ ਸੀ, 60 ਸਾਲ ਮੇਰੀ ਏਜ ਆ, ਮੈਂ 50 ਸਾਲ ਦਾ, 10 ਸਾਲ ਦਾ ਜਦੋਂ ਕਾਂਗਰਸ ਪਾਰਟੀ 'ਚ ਤੁਰਿਆ ਸੀ, ਕਾਂਗਰਸ ਪਾਰਟੀ ਦੀ ਸੇਵਾ ਕਰਦਾ ਹਾਂ। ਜਿਹੜੇ ਉਹਦੀਆਂ ਮਾੜੀਆਂ ਨੀਤੀਆਂ ਸੋਚੀਆਂ, ਵਰਕਰ ਮਾਰਨ ਦੀ ਕੋਸ਼ਿਸ਼ ਕੀਤੀ, ਆਪਾਂ ਪੈਸੇ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ, ਨਸ਼ੇ ਦੇ ਮੁੱਦੇ 'ਤੇ ਕੋਈ ਗੱਲ ਨਹੀਂ ਚੁੱਕੀ। ਪਹਿਲਾਂ ਆਪਾਂ ਦਾਅਵੇ, ਬੜੇ ਬੜੇ ਦਾਅਵੇ ਕਰਦਾ ਸਾਂ, ਜਦੋਂ ਇਲੈਕਸ਼ਨ ਜਿੱਤਣੀ ਸੀ ਵੀ ਅਸੀਂ ਉਹ ਕਰ ਦਾਂਗੇ, ਜੇ ਕਰ ਦਾਂਗੇ, ਫਿਰ ਉਹਨੂੰ ਪਹਾੜੇ ਦੇ ਟੱਟੂ ਮਿਲ ਗਏ, ਜਿਹੜੇ ਨਵੇਂ ਬੰਦੇ ਲਿਆ ਕੇ ਉਹਨਾਂ ਨਾਲ ਅਗਲੇ ਦਾ ਕਿਤੇ ਉੱਥੋਂ ਪੈਸੇ ਕਰ, ਥਾਣੇ ਤੋਂ ਇਕੱਠੇ ਕਰ ਲਏ, ਕਿਤੇ BDO ਆਫਿਸ ਕਰ, ਕਿਤੇ ਸੈਕਟਰੀ ਤੋਂ ਇਕੱਠੇ ਕਰ ਲਏ, ਸਾਰੇ ਇਕੱਠੇ ਕਰਕੇ ਜਾ ਕੇ ਉਹਨਾਂ ਦੀ MLA ਦੀ ਝੋਲੀ 'ਚ ਪਾਉਂਦੇ ਰਹੇ। ਅੱਜ ਉਹ 3 ਨੰਬਰ 'ਤੇ ਤੁਰਿਆ ਫਿਰਦਾ, ਇਸ ਕਰਕੇ ਸਾਨੂੰ ਉਹਦੀਆਂ ਰਣਨੀਤੀ ਸਹੀ ਨਹੀਂ ਲੱਗੀ, ਅਸੀਂ ਪਾਰਟੀ ਨੂੰ ਅਲਵਿਦਾ ਕਹਿ ਕੇ ਅਕਾਲੀ ਦਲ 'ਚ ਸ਼ਾਮਲ ਹੋ। ਕਾਂਗਰਸ ਪਾਰਟੀ ਦੇ ਕਹਿਣਾ ਵਿਕਾਸ ਬਹੁਤ ਕੀਤਾ ਨਹੀਂ, ਵਿਕਾਸ ਤਾਂ ਲੋਕ ਦੱਸਣਗੇ, ਹੁਣ ਦੱਸ ਹੀ ਦੇਣਾ 20 ਤਰੀਕ ਨੂੰ ਕੀ ਵਿਕਾਸ ਕੀਤਾ, ਕਿੱਥੋਂ ਪੈਸੇ ਕਿੰਨੇ ਲਏ ਆ, ਕਿੱਥੋਂ ਸੈਕਟਰੀ BDO ਨੇ ਪੈਸੇ ਇਕੱਠੇ ਕਰਕੇ ਦਿੱਤੇ ਆ, ਅੱਗੇ ਕਢਾਇਆ ਗਿਆ। ਉਹ 20 ਤਰੀਕ ਤੋਂ, 10 ਮਾਰਚ ਤੋਂ ਬਾਅਦ ਜਿਹੜੇ ਸਰਪੰਚ ਆਪਣੇ ਹੱਥ ਲਾ ਲਾ ਵੇਖਣਗੇ, ਜਿੰਨਾ ਗਰੀਬਾਂ ਨੂੰ ਪਤਾ ਨਹੀਂ ਵੀ ਸਰਪੰਚ ਹੀ ਕੀ ਚੀਜ਼ ਦਿੰਦੇ ਆ, ਉੱਥੇ ਸੈਕਟਰੀ ਇੱਕ ਆਪਣੇ ਬੰਦੇ ਲਾਏ ਵੀਆਂ ਵੀਆਂ ਪਿੰਡਾਂ 'ਚ ਸਾਂਭ ਕੇ ਬੈਠੇ ਵੀਆਂ ਪਿੰਡਾਂ 'ਚੋਂ, ਲੁੱਟ ਕਿੱਦਾਂ ਕਰਨੀ, ਉਹਨਾਂ ਲੁੱਟ ਕੀਤੀ ਆ, ਉਹਦੀ ਨੀਤੀਆਂ ਦੇ ਖਿਲਾਫ ਹੋ ਕੇ ਅਸੀਂ ਪਾਰਟੀ ਛੱਡੀ। ਠੀਕ ਹੈ, ਸਿੰਘ ਚਮਿਆਰੀ, ਇਸ ਕਾਂਗਰਸੀ ਵਿਧਾਇਕ ਤੋਂ ਤੰਗ ਹੋ ਕੇ, ਪਰੇਸ਼ਾਨ ਹੋ ਕੇ
सारे ही वर्करां दियां अकाली अपने लीडरां दियां गल्लां सुन के इस कांग्रेस पार्टी नूं पिछले दिन ही अलविदा कह के अज असी श्रोमणी अकाली दल खास करके सरदार अमरपाल सिंह जी बोनी विधायक अजनाला भी रहे ने इन्हां दे ओह कीते कम इन्हां दे कीते विकास तों खुश हो के असी कांग्रेस पार्टी दे विधायक सरदार हर प्रताप सिंह अजनाला तों तंग आ के उन्हां दीआं नीतियां तों तंग आ के उस पार्टी नूं अलविदा कह के अज असी श्रोमणी अकाली दल ज्वाइन कर रहे हां क्योंकि इस इलाके दे विच ना ही किसी मोड़ ते समैक विकणोड़ी आ ना ही किसी बेरोजगार नूं रुजगार मिलिया आ ना ही किसी किसानां दी गल सुन के उन्हां नूं पुजदा मुल दिता गया आ ना ही कोई व्यापारी तबका खुश आ कि उन्हां दा व्यापार दे विच कोई वाधा हो सके ना कोई मेहनत मजदूरी वाला ही इस इहदे विच खुश आ खुश ने सिर्फ चोर अचुके समेकीए बदमाश गुंडे जिन्हां ने दिन दिहाड़े राइफलां लै के इस इलाके दे विच कतल कीते ओह कातल साढ़े MLA दे नाल मिल के साढ़े अफसरां दे नाल मिल के पुलिस अफसरां दे नाल मिल के जिन्हां दा कतल होया उन्हां दे होर असर पा के उन्हां नूं होर दबाउंदे रहे जे तुहां मूँह खोलिया जे तुहां सही गल कीती तुहाडे दे होर दोष लाए जाणगे तुहाडे दे होर परचे दर्ज कीते जाणगे सो इन्हां गल्लां नूं 5 साल विचारदे होए वेंदे होए कुछ नहीं कर सके अज टाइम आ साढ़े भरावां दा साढ़े वोटरां दा साढ़े समाज दा जो उस समाज दे विच जाके असीं वोटरां नूं लामबंद करके इस विधायक दे चंगे काम वेख के सरदार अमरपाल सिंह जी बोनी दे इहदे नाल समर्थन करन जा रहे हां इहनां नूं जिताउण दा ही हर हीला वरतांगे हर भैण भरा गड़ी हत्थ जोड़ के उहनां दे कीते कम्मां दा जायजा दस के उहनां नूं जितावांगे सो इन्ना ही कहिंदा होया सुखचैन सिंह चमियारी अलविदा कहिंदा जी तुहाडे मीडिया राहीं।